ਸਾਡੇ ਨਾਲ ਮੌਜੂਦ ਹਨ ਪੱਪੀ ਬਦੇਸ਼ਾ ਜੀ ਜੋ ਕਿ ਨਿਊਯਾਰਕ ਤੋਂ ਖਾਸ ਤੌਰ 'ਤੇ ਇੱਥੇ ਇਹਨਾਂ ਨੇ ਪਹੁੰਚ ਕੇ ਸ਼ਮੂਲੀਅਤ ਕੀਤੀ ਹੈ। ਲੂਥਰ ਮੈਕਸਵੈਲ, ਹੀ ਇਜ਼ ਫਰੋਮ ਲਾਸਟ 20 ਈਅਰਸ ਸਪੋਰਟਿੰਗ ਦਿਸ ਈਵੈਂਟ, ਹੀ ਇਜ਼ ਆਲਸੋ ਹੇਅਰ, ਵੀ ਆਲਸੋ ਵੈਲਕਮ ਹਿਮ। ਸਾਡੇ ਨਾਲ ਇੱਥੇ ਹਰਵਿੰਦਰ ਸਿੰਘ ਵਾਲੀਆ ਜੋ ਕਿ ਓਹਾਇਓ ਖੇਡ ਮੇਲੇ ਦੇ ਬੈਕਬੋਨ ਮੰਨੇ ਜਾਂਦੇ ਹਨ ਔਰ ਮੁੱਖ ਤੌਰ 'ਤੇ ਇਹਨਾਂ ਨੇ ਆਪਣੀ ਅਹਿਮ ਭੂਮਿਕਾ ਵੀ ਨਿਭਾਈ ਹੈ ਓਹਾਇਓ ਖੇਡ ਮੇਲੇ ਨੂੰ ਲੈ ਕੇ, ਉਹ ਵੀ ਮੌਜੂਦ ਹਨ। ਉਹਨਾਂ ਦੇ ਨਾਲ UK ਤੋਂ ਪਹੁੰਚੇ ਸੋਨਾ ਵਾਲੀਆ, ਵਨ ਆਫ ਦੀ ਵਰਸਟਾਈਲ ਸਿੰਗਰ, ਉਹ ਵੀ ਇੱਥੇ ਪਹੁੰਚ ਕੇ ਆਪਣੀ ਆਵਾਜ਼ ਦਾ ਜਾਦੂ ਜਿਹੜਾ ਹੈ ਉਹ ਇਸ ਖੇਡ ਮੇਲੇ ਦੇ ਵਿੱਚ ਦਰਸਾਉਣਗੇ। ਉਹਨਾਂ ਦੀ ਵਾਈਫ ਰਵਜੋਤ ਕੌਰ, ਉਹਨਾਂ ਦੇ ਬੇਟੇ ਵੀ ਨਾਲ ਮੌਜੂਦ ਹਨ, ਪੁਸ਼ਪਿੰਦਰ ਸਿੰਘ ਕੋਤੜਾ ਵੀ ਮੌਜੂਦ ਹਨ ਇੱਥੇ, ਅਤੇ ਜਿਹੜੇ ਹੋਰ ਮੁੱਖ ਮਹਿਮਾਨ ਵਜੋਂ ਸ਼ਮੂਲੀਅਤ ਕਰਨਗੇ ਉਹ ਵੀ ਇੱਥੇ ਪਹੁੰਚੇ ਹੋਏ ਹਨ। ਸਾਡੇ ਨਾਲ ਮਾਨ ਮੋਹਨ ਸਿੰਘ ਗਰੇਵਾਲ, ਗਰੇਵਾਲ ਬ੍ਰਦਰਸ ਗੁੰਮਨ ਭਰਾਵਾਂ ਦਾ ਵੀ ਜਿਵੇਂ ਆਪਾਂ ਜ਼ਿਕਰ ਕੀਤਾ ਸੀਗਾ, ਅਤੇ ਗਰੇਵਾਲ ਬ੍ਰਦਰਸ ਵੀ ਇੱਕ ਜਾਨੀ ਮਾਨੀ ਹਸਤੀ, ਜਗਪਾਲ ਸਿੰਘ ਗਰੇਵਾਲ ਮੁੱਖ ਮਹਿਮਾਨ ਵਜੋਂ ਸਪੋਂਸਰ ਵੱਲੋਂ ਸ਼ਮੂਲੀਅਤ ਕਰ ਰਹੇ ਹਨ, ਅਤੇ ਨਿਰਮਲ ਸਿੰਘ ਅਤੇ ਹੋਰ ਵੀ ਜਿਹੜੇ ਮਹਿਮਾਨ ਇੱਥੇ ਪਹੁੰਚ ਰਹੇ ਹਨ। ਇਸ ਖੇਡ ਮੇਲੇ ਨੂੰ ਹੱਲਾਸ਼ੇਰੀ ਦੇਣ ਦੇ ਲਈ, ਇਸ ਖੇਡ ਮੇਲਾ ਨੂੰ, ਖੇਡ ਮੇਲੇ ਨੂੰ ਅਮਲੀ ਜਾਮਾ ਪਹਿਨਾਉਣ ਦੇ ਲਈ ਇਹ ਸਾਰੇ ਮੁੱਖ ਮਹਿਮਾਨ ਵਜੋਂ ਸ਼ਮੂਲੀਅਤ ਕਰ ਰਹੇ ਹਨ। ਸਭ ਤੋਂ ਪਹਿਲਾਂ ਸ਼ੁਰੂਆਤ ਕਰਾਂਗੇ ਅਸੀਂ ਹਰਵਿੰਦਰ ਸਿੰਘ ਵਾਲੀਆ ਹੋਰਾਂ ਦੇ ਨਾਲ, ਕੀ ਕਹਿਣਾ ਚਾਹੁੰਦੇ ਹਨ ਸਾਡੇ ਦਰਸ਼ਕਾਂ ਨੂੰ ਔਰ ਕਿੰਨਾ ਕੁ ਅੱਜ ਮਾਣ ਮਹਿਸੂਸ ਕਰਦੇ ਹਨ ਕਿ ਜਦ ਇੱਕ ਸਪੋਂਸਰ ਸਾਰੇ ਇੱਥੇ ਆ ਕੇ ਇਹਨਾਂ ਦੇ ਈਵੈਂਟ ਨੂੰ ਔਰ ਇਸ ਪੂਰੇ ਪ੍ਰੋਗਰਾਮ ਨੂੰ ਸਪੋਰਟ ਕਰ ਰਹੇ ਹਨ। ਸਭ ਤੋਂ ਪਹਿਲਾਂ ਤਾਂ ਮੈਂ ਜਸ ਪੰਜਾਬੀ ਦਾ ਪੈਨੀ ਜੀ ਦਾ ਬਹੁਤ ਧੰਨਵਾਦ ਕਰਦਾ ਜਿਨ੍ਹਾਂ ਦੀ ਸਮੁੱਚੀ ਟੀਮ ਸਾਡੇ ਕੋਲ ਪਹੁੰਚੀ ਆ। ਦੇਖੋ 12 ਘੰਟੇ ਦੀ ਡਰਾਈਵ ਕਰਕੇ ਭਾਵੇਂ ਮਤਲਬ ਘਰ ਘਰ ਇਹ ਸਾਡਾ ਮੈਸੇਜ ਪਹੁੰਚਾਉਂਦੇ ਨੇ, ਉਹਨਾਂ ਦਾ ਮੈਂ ਧੰਨਵਾਦ ਕਰਦਾ ਵਾਂ। ਬਾਕੀ ਜਿੰਨੇ ਵੀ ਸਾਡੇ ਸੱਜਣ ਕੁਛ ਸਾਡੇ ਮਿਸ ਹੋ ਗਏ ਨੇ ਕਿਉਂਕਿ ਸ਼ੋਰਟ ਟਾਈਮ ਸੀਗਾ ਅਤੇ ਉਹਨਾਂ ਨੂੰ 7 ਵਜੇ ਦਾ ਸ਼ਾਰਪ ਟਾਈਮ ਦਿੱਤਾ ਸੀ, ਦੇ ਆਰ ਔਨ ਦਾ ਵੇ। ਅਸੀਂ ਉਹਨਾਂ ਵੱਲੋਂ ਸੌਰੀ ਮੰਗਦੇ ਹਾਂ ਕਿਉਂਕਿ ਸਾਨੂੰ ਔਨ ਏਅਰ ਕਰਨਾ ਪੈਣਾ ਸੀਗਾ ਕਿਉਂਕਿ ਉਹਨਾਂ ਦਾ 8 ਵਜੇ ਦਾ ਜਿਹੜਾ ਪ੍ਰੋਗਰਾਮ ਸੀ ਵਰਲਡ ਨਿਊਜ਼ ਆਉਂਦੀ ਹੈਗੀ ਉਹਨਾਂ ਦੀ, ਉਹਨੂੰ ਉਹ ਸਕਿੱਪ ਨਹੀਂ ਕਰ ਸਕਦੇ। ਅਸੀਂ ਇਹਨਾਂ ਤੋਂ ਮਤਲਬ ਟਾਈਮ ਮੰਗਿਆ ਸੀਗਾ ਵੀ ਸਾਨੂੰ ਹੋਰ ਟਾਈਮ ਦੇ ਦਿਉ, ਸਾਡੇ ਕੁਛ ਦਰਸ਼ਕ ਆਉਣ ਦਾ ਵੇ ਨੇ, ਅਤੇ ਉਹ ਚਲੋ ਦੇ ਆਰ ਅੰਡਰਸਟੈਂਡ। ਪਰ ਮੈਂ ਸਭ ਤੋਂ ਸਾਡੇ ਸਪੋਂਸਰਾਂ ਦਾ ਮੈਂ ਧੰਨਵਾਦ ਕਰਦਾ ਵਾਂ। ਸਾਡੇ ਬੋਨ ਨੇ, ਅਸੀਂ ਇਹਨਾਂ ਨੂੰ ਮਤਲਬ ਮਿਡ ਵੈਸਟ ਦੇ ਆਪਣੇ ਪ੍ਰਿਤਪਾਲ ਸਿੰਘ ਘੋਤੜਾ, ਉਹਨਾਂ ਦਾ ਤੁਸੀਂ ਥੋੜ੍ਹਾ ਜਿਹਾ ਮਤਲਬ ਨਾ ਆਪਾਂ ਉਹਨਾਂ ਨੂੰ ਨਾਂ ਥੋੜ੍ਹਾ ਜਿਹਾ ਸੋਰੀ ਟੂ ਸੇ ਦੈਟ। ਅਤੇ ਇਹ ਸਾਰੇ ਜਿੰਨੇ ਵੀ ਆਪਣੇ ਦਰਸ਼ਕ ਨੇ ਜਾਂ ਦੇਖ ਰਹੇ ਨੇ ਸਾਡੇ TV ਨੂੰ, ਇਹ ਸਾਡੇ ਬੌਂਡ ਨੇ। ਅਤੇ ਬਾਕੀ ਸਾਡੇ ਕੁਲਵੰਤ ਸਿੰਘ ਦਿਓਲ ਸਾਡੇ ਚੀਫ ਗੈਸਟ ਨੇ, ਬਾਕੀ ਫਸਟ ਪ੍ਰਾਈਜ਼ ਸਾਡੇ ਮੱਖਣ ਸਿੰਘ ਸੰਤ ਬਾਬਾ ਪ੍ਰੇਮ ਸਿੰਘ ਫਸਟ ਪ੍ਰਾਈਜ਼ ਦੇ ਰਹੇ ਨੇ, ਹੈਰੀ ਘੁੰਮਣ ਸੈਕਿੰਡ ਪ੍ਰਾਈਜ਼ ਦੇ ਰਹੇ ਨੇ, ਅਤੇ ਬਾਕੀ ਜਿੰਨੇ ਵੀ ਮਤਲਬ ਉਹਨਾਂ ਦੇ ਆਪਾਂ ਨਾਂ ਮਤਲਬ ਲੈਣ ਲੱਗ ਪਈਏ, ਜਿੰਨੇ ਇੰਡੀਅਨ ਐਪਲਸ ਸ਼ਿਕਾਗੋ ਸਾਰੇ ਬੰਦੇ ਪਹੁੰਚ ਰਹੇ ਨੇ, ਅਤੇ ਉਹਨਾਂ ਦਾ ਅਸੀਂ ਧੰਨਵਾਦ ਕਰਦੇ ਹਾਂ। ਉਹਨਾਂ ਨੂੰ ਅਸੀਂ ਇਹੀ ਅਰਦਾਸ ਕਰਦੇ ਹਾਂ ਵੀ ਸਾਡੇ ਨਾਲ ਨੈਕਸਟ ਟਾਈਮ ਵੀ, ਜਿੱਦਾਂ 20 ਸਾਲ ਸਾਡੇ ਨਾਲ ਵੀ ਸਾਡੇ ਉਹ ਬੌਂਡ ਨੇ, ਅਤੇ ਉਹ ਇੱਦਾਂ ਹੀ ਐਕਸਾਈਟਡ ਹੋ ਵਾਲੀਆ ਸਾਹਿਬ। ਹੁਣ ਖੇਡ ਮੇਲਾ ਹੋਣ ਜਾ ਰਿਹਾ ਔਰ ਕੱਲ੍ਹ ਸਵੇਰੇ ਸ਼ੁਰੂਆਤ ਹੋਏਗੀ, ਰੇਡਾਂ ਪੈਣਗੀਆਂ, ਵਾਲੀਬਾਲ ਦੇ ਟੂਰਨਾਮੈਂਟ ਹੋਣਗੇ, ਬਾਸਕਿਟਬਾਲ ਹੋਏਗਾ, ਵੱਖ ਵੱਖ ਜਿਹੜੇ ਹੋਰ ਸਪੋਰਟਸ ਨੇ ਉਹ ਹੋਣਗੇ, ਔਰ ਕਿੰਨੇ ਕੁ ਐਕਸਾਈਟਡ ਹੋ ਤੁਸੀਂ ਔਰ ਜਿਹੜੇ ਸਪੋਰਟਰਸ ਔਰ ਜਿਹੜੇ ਸਪੋਂਸਰਸ ਇਸ ਪੂਰੇ ਈਵੈਂਟ ਨੂੰ ਸਪੋਰਟ ਕਰ ਰਹੇ ਹਨ, ਉਹਨਾਂ ਨੂੰ ਲੈ ਕੇ ਕਿੰਨੇ ਐਕਸਾਈਟਡ ਹੋ ਤੁਸੀਂ ਅੱਜ? ਬਹੁਤ ਜ਼ਿਆਦਾ ਜੀ। ਸਭ ਤੋਂ ਮੈਂ ਪਹਿਲਾਂ ਵੀ ਦੱਸ ਚੁੱਕਾ ਵਾਂ, ਇਹ ਜਦੋਂ ਆ ਜਾਂਦੇ ਨੇ ਸਾਨੂੰ ਵੈਸੇ ਹੀ ਆਕਸੀਜਨ ਮਿਲ ਜਾਂਦੀ ਆ। ਇਹ ਤਾਂ ਇੰਨੀ ਕੁ ਹੈ, ਮਤਲਬ ਦੇਖੋ ਨਿਊਯਾਰਕ ਤੋਂ ਆਏ ਨੇ, ਇਟਸ ਨੋਟ ਈਜ਼ੀ। 12 ਘੰਟੇ ਦੀ ਕੋਈ ਡਰਾਈਵ ਕਰਕੇ ਆਇਆ ਵਾ, ਕੋਈ ਫਲੈਟ ਲੈ ਕੇ ਆਇਆ ਵਾ, ਇਹਨਾਂ ਦੇ ਅਸੀਂ ਜਿੱਥੇ ਵੀ ਅਸੀਂ ਮਤਲਬ ਅੱਜ ਦੇ ਨਹੀਂ ਹੈਗੇ, ਇਹ 20 ਸਾਲ ਤੋਂ ਸਾਡੇ ਨਾਲ ਜੁੜੇ ਹੋਏ ਨੇ। ਅਤੇ ਮੈਂ ਕਈ ਕੁਛ ਬੰਦੇ ਨਹੀਂ ਪਹੁੰਚ ਗਏ, ਹੈਰੀ ਘੁੰਮਣ ਉਹਨਾਂ ਨੂੰ ਕੋਈ ਅਰਜੈਂਟ ਕੰਮ ਸੀ, ਦਰਸ਼ ਸਿੰਘ ਦਰੜ, ਹੈਪੀ ਹੇਅਰ ਆਪਣੇ ਡਾਕਟਰ ਖਹਿਰਾ ਸਾਹਿਬ, ਅਤੇ ਉਹ ਆਪਣੇ ਕੰਟੱਕੀ ਤੋਂ ਬਿੱਲੂ ਨਹੀਂ ਪਹੁੰਚ ਸਕੇ। ਬਾਕੀ ਸਭ ਤੋਂ ਵੱਡੀ ਗੱਲ ਜਿਹੜੀ ਸਿੰਸਨੈਟੀ ਦਾ ਮੈਂ ਬਹੁਤ ਧੰਨਵਾਦ ਕਰਦਾ ਵਾਂ, ਜਿਹੜੇ ਸਾਨੂੰ ਬਹੁਤ ਵਧੀਆ ਰਿਸਪੋਂਸ ਦੇ ਰਹੇ ਨੇ, ਆਪਣੇ ਗਰੇਵਾਲ ਸਾਹਿਬ, ਜਗਪਾਲ ਸਿੰਘ ਗਰੇਵਾਲ, ਇਹਨਾਂ ਦਾ ਬੜੀ ਦੇਣ ਆ। ਦੇਖੋ ਜੀ, ਇਹਨਾਂ ਦੇ ਮਤਲਬ ਮੇਨ ਇਹਨਾਂ ਦਾ ਮੁੱਦਾ ਮਤਲਬ ਸਭ ਕੁਛ ਇਹਨਾਂ ਦਾ ਹੁੰਦਾ ਵਾ, ਅਤੇ ਉਹ ਸਾਰੇ ਨਹੀਂ ਪਹੁੰਚੇ, ਉਹ ਤੁਹਾਨੂੰ ਬਾਅਦ 'ਚ। ਠੀਕ ਹੈ ਜੀ, ਅਤੇ ਜਿਹੜੇ ਮਹਿਮਾਨ ਹਜੇ ਪਹੁੰਚ ਰਹੇ ਨੇ ਉਹਨਾਂ ਨਾਲ ਵੀ ਅਸੀਂ ਤੁਹਾਨੂੰ ਮੁਖਾਤਿਬ ਕਰਾਵਾਂਗੇ ਜੇਕਰ ਉਹ ਇੱਥੇ ਪਹੁੰਚ ਗਏ, ਨਹੀਂ ਤਾਂ ਕੱਲ੍ਹ ਸਵੇਰੇ ਜਦ ਅਸੀਂ ਲਾਈਵ ਕਰਾਂਗੇ ਤਾਂ ਤੁਹਾਨੂੰ ਜ਼ਰੂਰ ਮੁਖਾਤਿਬ ਕਰਾਵਾਂਗੇ। ਕੁਲਵੰਤ ਸਿੰਘ ਦਿਓਲ ਮੇਰੇ ਨਾਲ ਮੌਜੂਦ ਨੇ ਜੋ ਕਿ ਖਾਸ ਤੌਰ 'ਤੇ ਨਿਊਯਾਰਕ ਤੋਂ ਇੱਥੇ ਪਹੁੰਚੇ ਨੇ, ਇਹਨਾਂ ਨੇ ਆਪਣੀ ਹਾਜ਼ਰੀ ਭਰੀ ਔਰ ਸ਼ਮੂਲੀਅਤ ਕੀਤੀ ਹੈ ਇਸ ਈਵੈਂਟ ਨੂੰ ਸਪੋਰਟ ਕਰਨ ਦੇ ਲਈ, ਜਾਣਨ ਦੀ ਕੋਸ਼ਿਸ਼ ਕਰਦੇ ਹਾਂ ਕਿ ਕੁਝ ਉਹ ਆਪਣੇ ਪ੍ਰਤੀਕਰਮ ਦੇਣਾ ਚਾਹੁੰਦੇ ਹਨ। ਮੈਂ ਧੰਨਵਾਦ ਕਰਦਾ ਵਾਂ ਜਸ ਪੰਜਾਬੀ ਦਾ ਅਤੇ ਸਾਰੇ ਦਰਸ਼ਕਾਂ ਦਾ, ਜਸ ਪੰਜਾਬੀ ਦੇ ਦਰਸ਼ਕਾਂ ਦਾ ਧੰਨਵਾਦ ਕਰਦਾ ਵਾਂ,
ਅਤੇ ਰਿਕੁਐਸਟ ਆ ਸਾਰਿਆਂ ਨੂੰ ਜੋ ਵੀ ਇਸ ਟਾਈਮ ਲਾਈਵ ਦੇਖ ਰਹੇ ਆ, ਕੱਲ੍ਹ ਨੂੰ ਪਲੀਜ਼ ਹੁੰਮ ਹੁਮਾ ਕੇ ਦਰਸ਼ਨ ਦਿਓ ਸਿਨਸਿਨੇਟੀ ਦੇ ਸਾਰੇ ਦਰਸ਼ਕਾਂ ਨੂੰ, ਇੰਡੀਅਨਐਪਲਿਸ ਦੇ ਸਾਰੇ ਦਰਸ਼ਕਾਂ ਨੂੰ, ਡੇਟਨ ਦੇ ਸਾਰੇ ਦਰਸ਼ਕਾਂ ਨੂੰ ਬੇਨਤੀ ਆ, ਤੁਸੀਂ ਹੁੰਮ ਹੁਮਾ ਕੇ ਪੁੱਜੋ ਅਤੇ ਮਾਂ ਖੇਡ ਨੂੰ ਤੁਸੀਂ ਪ੍ਰਮੋਟ ਕਰੋ, ਅਤੇ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਕਰਾਂਗੇ। ਅਤੇ ਮੈਂ ਪੰਜਾਬ ਸਪੋਰਟਸ ਕਲੱਬ ਦੇ ਸਾਰੇ ਟੀਮ ਨੂੰ ਇਸ ਗੱਲ ਦਾ ਵਧਾਈ ਦਿੰਦਾ ਵਾਂ, ਬਾਲੀਆ ਸਾਹਿਬ ਅਤੇ ਸਿੱਖ ਕਲਚਰ ਆਪਣੇ ਬਾਬਾ ਪ੍ਰੇਮ ਸਿੰਘ ਜੀ ਮੁਰਾਲਾ ਵਾਲਿਆਂ ਦੀ ਸੁਸਾਇਟੀ ਨੂੰ ਦਾ ਧੰਨਵਾਦ ਕਰਦਾ ਸਾਰੇ ਮੈਂਬਰਾਂ ਦਾ, ਅਤੇ ਜਗਪਾਲ ਵੀਰ ਜੀ ਉਹਨਾਂ ਦਾ, ਉਹਨਾਂ ਦੇ ਸਾਰੇ ਪਰਿਵਾਰ ਨੂੰ ਮੈਂ ਧੰਨਵਾਦ ਕਰਦਾ ਵਾਂ। ਇਹ ਵਧਾਈ ਦੇ ਪਾਤਰ ਨੇ, ਇਹਨਾਂ ਨੇ ਐਡਾ ਵਧੀਆ ਉਪਰਾਲਾ ਕੀਤਾ ਵਾ, ਅਤੇ ਮਾਂ ਖੇਡ ਕਬੱਡੀ ਨੂੰ ਇਹ ਪ੍ਰਮੋਟ ਕਰ ਰਹੇ ਆ, ਅਤੇ ਬਾਕੀ ਪੰਜਾਬੀਆਂ ਦਾ ਇਕੱਠ ਦੇਖ ਕੇ ਤਾਂ ਗਦ ਗਦ ਹੋ ਜਾਣਾ ਕੱਲ੍ਹ ਨੂੰ, ਅਤੇ ਸਾਰੇ ਹੁੰਮ ਹੁਮਾ ਕੇ ਪਹੁੰਚੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਫਤਿਹ ਜੀ। ਅਤੇ ਜਿਵੇਂ ਕੁਲਵੰਤ ਸਿੰਘ ਦਿਓਲ ਹੋਰਾਂ ਨੇ ਆਪਣਾ ਸੁਨੇਹਾ ਦਿੱਤਾ ਸਾਰਿਆਂ ਨੂੰ, ਕਹਿ ਰਹੇ ਨੇ ਹੁੰਮ ਹੁਮਾ ਕੇ ਪਹੁੰਚੋ, ਉੱਥੇ ਹੀ ਓਂਕਾਰ ਸਿੰਘ ਜਲਾਲਾਪੁਰ ਸਾਡੇ ਨਾਲ ਮੌਜੂਦ ਹਨ, ਸੰਤ ਬਾਬਾ ਪ੍ਰੇਮ ਸਿੰਘ ਕਲਚਰ ਸੁਸਾਇਟੀ ਵੱਲੋਂ ਪਹਿਲਾ ਇਨਾਮ ਜਿਹੜਾ ਇਸ ਖੇਡ ਮੇਲੇ ਦੇ ਵੱਲੋਂ ਇਸ ਖੇਡ ਮੇਲੇ ਦੇ ਵਿੱਚ ਦਿੱਤਾ ਜਾ ਰਿਹਾ, ਅਤੇ ਜਾਣਨ ਦੀ ਕੋਸ਼ਿਸ਼ ਕਰਦੇ ਹਾਂ ਉਹ ਕਿੰਨੇ ਕੁ ਐਕਸਾਈਟਿਡ ਹਨ ਇੱਥੇ ਪਹੁੰਚਣ ਦੇ ਲਈ। ਮੈਂ ਧੰਨਵਾਦ ਕਰਨਾ ਸਭ ਤੋਂ ਪਹਿਲੇ ਜਸ ਪੰਜਾਬੀ ਦਾ, ਔਰ ਪੰਜਾਬ ਸਪੋਰਟਸ ਕਲਚਰ ਸੁਸਾਇਟੀ ਜਿਹੜੀ ਹੈ ਉਹ ਆਪਣੇ ਸਿਨਸਿਨੇਟੀ ਓਹਾਇਓ ਦਾ, ਜਿਨ੍ਹਾਂ ਨੇ ਕਿਹਾ ਕਿ ਸਾਡੇ ਨਾਲ ਚਲੋ, ਅਸੀਂ ਇਹਨਾਂ ਨਾਲ ਮੋਢੇ ਨਾਲ ਮੋਢਾ ਮਿਲਾ ਕੇ ਚੱਲ ਰਹੇ ਹਾਂ। ਅਤੇ ਮੈਂ ਮਿਡਵੈਸਟ ਦੇ ਸਾਰੇ ਪੰਜਾਬੀਆਂ ਨੂੰ ਇੱਕ ਕਹਿੰਦਾ ਵਾਂ ਕਿ ਸਾਰੇ ਤੁਸੀਂ ਹੁੰਮ ਹੁਮਾ ਕੇ ਪਹੁੰਚੋ ਅਤੇ ਮੇਲੇ ਦਾ ਰੌਣਕ ਵਧਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਫਤਿਹ। ਕਹਿੰਦੇ ਈਵੈਂਟ ਜਿਹੜਾ ਉਹ ਸਪੋਰਟਰਸ ਦੇ ਬਿਨਾਂ ਅਧੂਰਾ ਰਹਿੰਦਾ, ਔਰ ਜਦ ਈਵੈਂਟ ਦੀ ਗੱਲ ਆਉਂਦੀ ਹੈ ਤਾਂ ਇੱਕ ਮਹਿਮਾਨ, ਮੈਂ ਤਾਂ ਆਪਣੇ ਜ਼ਮੀਨੀ ਪੱਧਰ 'ਤੇ ਜੇਕਰ ਗੱਲ ਕਰਾਂ ਤਾਂ ਮੈਂ ਹਮੇਸ਼ਾ ਵੇਖਿਆ ਸਪੋਰਟ ਕਰਦੇ ਹੋਏ ਪੱਪੀ ਬਦੇਸ਼ਾ ਜੀ ਇਸ ਟਾਈਮ ਮੇਰੇ ਨਾਲ ਮੌਜੂਦ ਹਨ ਨਿਊਯਾਰਕ ਤੋਂ, ਉਹਨਾਂ ਨੇ ਸ਼ਮੂਲੀਅਤ ਕੀਤੀ ਹੈ, ਕਿੰਨੇ ਕੁ ਐਕਸਾਈਟਿਡ ਹਨ ਜਾਣਨ ਦੀ ਕੋਸ਼ਿਸ਼ ਕਰਦੇ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਮੈਂ ਸਭ ਤੋਂ ਪਹਿਲਾਂ ਵਾਲੀਆ ਜੀ ਦਾ ਧੰਨਵਾਦੀ ਹਾਂ ਕਿ ਜਿਨ੍ਹਾਂ ਨੇ ਸਾਨੂੰ ਇੱਥੇ ਹਰ ਸਾਲ ਸੱਦੇ ਨਹੀਂ, ਹਰ ਸਾਲ ਹੀ ਇੱਥੇ ਆਉਂਦੇ ਹਾਂ, ਅਤੇ ਬਹੁਤ ਆਪਣੇ ਗੈਸਟ ਜੀ ਬਹੁਤ ਸੇਵਾ ਇੱਥੇ ਕਰਦੇ ਨੇ, ਵੱਧ ਵੱਧ ਚੜ ਕੇ ਬਹੁਤ ਇੱਥੇ ਲੋਕ ਹਿੱਸਾ ਲੈਂਦੇ ਨੇ, ਇਹਨਾਂ ਦੀ ਮੈਂ ਵੇਖਿਆ ਬਹੁਤ ਸਹਿਚਾਰਾ ਸਾਰੇ ਪਾਸੇ। ਅਤੇ ਮੈਂ ਦਰਸ਼ਕਾਂ ਨੂੰ ਜਾਂ ਲੋਕਲ ਜਿਹੜੀ ਕਮਿਊਨਿਟੀਜ਼ ਨੇ ਇੱਥੇ ਆਲੇ ਦੁਆਲੇ ਦੇ ਜਿਹੜੇ ਸ਼ਹਿਰ ਨੇ, ਮੈਂ ਸਾਰਿਆਂ ਨੂੰ ਬੇਨਤੀ ਕਰਾਂਗਾ ਆਪਣੇ ਵੱਲੋਂ ਵੀ, ਇਹਨਾਂ ਵੱਲੋਂ ਵੀ, ਹੁੰਮ ਹੁਮਾ ਕੇ ਇੱਥੇ ਪਹੁੰਚੋ ਅਤੇ ਮੇਲੇ ਦੀਆਂ ਰੌਣਕਾਂ ਵਧਾਓ, ਕਿਉਂਕਿ ਮੈਂ ਜਿਹੜੀਆਂ ਦੇਖੀਆਂ ਨੇ ਇੱਥੇ, ਮੈਂ ਦੂਸਰੇ ਹੋਟਲ 'ਚ ਟੀਮਾਂ ਠਹਿਰੀਆਂ ਨੇ, ਉਹਨਾਂ ਨੂੰ ਅਸੀਂ ਹੁਣੇ ਮਿਲ ਕੇ ਆਏ ਹਾਂ, 4 ਟੀਮਾਂ ਤਾਂ ਬਹੁਤ ਵਧੀਆ ਨੇ ਇਹਨਾਂ ਦੇ ਕੋਲ, ਬਾਕੀ ਹੋਰ ਵੀ ਟੀਮਾਂ ਖੇਡਣਗੀਆਂ ਮੈਚ, ਬਾਕੀ ਇਹਨਾਂ ਕੋਲ ਕਲਾਕਾਰ ਵੀ ਬਹੁਤ ਵਧੀਆ ਆਏ ਨੇ ਜਿਹੜੇ ਮੇਲੇ ਦੀਆਂ ਰੌਣਕਾਂ ਵਧਾਉਣਗੇ। ਫਿਰ ਹੱਥ ਜੋੜ ਕੇ ਹੀ ਸਾਰਿਆਂ ਨੂੰ ਬੇਨਤੀ ਆ ਵੀ ਹੁੰਮ ਹੁਮਾ ਕੇ ਪਹੁੰਚੋ, ਇਹਨਾਂ ਦਾ ਹੌਸਲਾ ਵਧਾਓ ਅਤੇ ਮੇਲੇ ਦੀਆਂ ਰੌਣਕਾਂ ਵਧਾਓ ਅਤੇ ਆਪਣੇ ਕਲਚਰ ਨੂੰ ਪ੍ਰਮੋਟ ਕਰੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਕਹਿੰਦੇ ਕਬੱਡੀ ਜਿਹੜੀ ਹੈ ਉਹ ਮਾਨਤਾ ਵਧਾ ਰਹੀ ਹੈ ਇੰਟਰਨੈਸ਼ਨਲ ਪੱਧਰ 'ਤੇ, ਲੇਕਿਨ ਗੱਲ ਅਧੂਰੀ ਰਹਿ ਜਾਂਦੀ ਹੈ ਕਿ ਜਦ ਉਹਨੂੰ ਉਸ ਮੁਲਕ ਦੇ ਵਿੱਚ ਰਹਿੰਦੇ ਹੋਏ ਲੋਕਾਂ ਦਾ ਸਪੋਰਟ ਨਹੀਂ ਮਿਲਦਾ। ਲੇਕਿਨ ਮੈਂ ਅੱਜ ਕਹਿਣਾ ਚਾਹਾਂਗਾ, ਇਹ ਗੱਲ ਨੂੰ ਮੈਂ ਗਲਤ ਸਾਬਿਤ ਕਰਨਾ ਚਾਹਾਂਗਾ, ਕਿਉਂਕਿ ਨਹੀਂ, ਅੱਜ ਮੇਰੇ ਨਾਲ ਜਿਹੜੀ ਸ਼ਖਸੀਅਤ ਮੌਜੂਦ ਹੈ ਲੂਥਰ ਮੈਕਸਵੈਲ, ਹੀ ਸਪੋਰਟਿੰਗ ਫਰੋਮ ਲਾਸਟ 20 ਈਅਰਸ ਟੂ ਕਬੱਡੀ ਟੂਰਨਾਮੈਂਟ, ਈਵਨ ਸਪੋਰਟਸ ਕਬੱਡੀ। How much excited he is, we should also have his reaction on this tournament. Thank you. And Mr. Walleye, he is a very generous man, family man, loved like a brother, and very generous. And I appreciate him. Thank you. ਤਾਂ ਤੁਸੀਂ ਵੇਖ ਸਕਦੇ ਹੋ ਕਿ ਸਿਰਫ ਪੰਜਾਬੀ ਭਾਈਚਾਰਾ ਨਹੀਂ, ਬਲਕਿ ਅਮੈਰੀਕਨ ਭਾਈਚਾਰਾ ਵੀ ਜਿਹੜਾ ਹੈ ਇਸ ਟੂਰਨਾਮੈਂਟ ਨੂੰ ਸਪੋਰਟ ਕਰਨ ਦੇ ਲਈ ਇੱਥੇ ਪਹੁੰਚਿਆ ਹੋਇਆ। ਹੋਰ ਜਿਹੜੇ ਮਹਿਮਾਨ ਹਨ ਉਹ ਵੀ ਪਹੁੰਚ ਚੁੱਕੇ ਹਨ, ਮੇਰੇ ਨਾਲ ਕਈ ਹੋਰ ਮਹਿਮਾਨ ਹਨ ਜਿਹੜੇ ਹੁਣੇ ਪਹੁੰਚੇ ਹਨ, ਉਹਨਾਂ ਦਾ ਵੀ ਅਸੀਂ ਸਵਾਗਤ ਕਰਦੇ ਹਾਂ। ਅਤੇ ਫਿਲਹਾਲ ਇੱਕ ਨਿੱਕੇ ਜਿਹੇ ਮੈਂ ਵਕਫੇਲੇ ਰੁਕ ਰਿਹਾ, ਜਦ ਵਕਫੇ ਤੋਂ ਬਾਅਦ ਆਵਾਂਗਾ ਤੁਹਾਨੂੰ ਮੁਖਾਤਿਬ ਕਰਾਵਾਂਗਾ ਹੋਰ ਮਹਿਮਾਨਾਂ ਦੇ ਨਾਲ। ਸਿਰਫ ਇੱਕ ਨਿੱਕੇ ਜਿਹੇ ਵਕਫੇਲੇ ਇੱਥੇ ਰੁਕ ਰਿਹਾ।